ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਤੁਸੀਂ ਸਾਡਾ ਛੋਟਾ ਜਿਹਾ ਇੱਕ ਪਰਿਵਾਰਕ ਮੈਂਬਰ ਜਿਹੜਾ ਸਾਡਾ ਪਿਛਲੇ 4-5 ਦਿਨਾਂ ਤੋਂ ਬਣਿਆ ਹੋਇਆ ਸੀ ਅਮਨਜੋਤ ਨੂੰ ਦੇਖ ਰਹੇ ਹੋ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਠੀਕ ਆ, ਆਪਣੇ ਨਾਨੀ ਦੀ ਗੋਦ ਦੇ ਵਿੱਚ ਹੈਗਾ ਜੀ। ਅੱਜ ਇਹ ਵੀਰ ਬੱਚਾ ਸਾਡਾ ਇਹ ਉਹਦੇ 'ਚੋਂ ਬਾਹਰ ਆ ਗਿਆ ਜੀ। ਇਹ ਪਹਿਲਾਂ ਇੱਕ ਛੋਟਾ ICU ਹੁੰਦਾ ਵਾ, ਨਿੱਕੂ ਵਾਰਡ ਕਹਿੰਦੇ ਨਿੱਕੂ ਨੂੰ, ਅਤੇ ਬੱਚਿਆਂ ਦਾ ICU ਹੁੰਦਾ, ਉਹ 'ਚ ਰੱਖਿਆ ਜਾਂਦਾ ਬੱਚਿਆਂ ਨੂੰ। ਉਹ 'ਚ ਸੀਗਾ ਇਹ ਬੁਖਾਰ ਸੀ, ਕਾਫੀ ਇਨਫੈਕਸ਼ਨ ਦੇ ਨਾਲ ਕਾਫੀ ਪ੍ਰੋਬਲਮ ਆਈ ਹੋਈ ਸੀ। ਅਤੇ ਇਹ ਕੁੜੀ ਤੁਸੀਂ ਸਾਰੇ ਦੇਖ ਹੀ ਰਹੇ ਹੋ, ਅੱਗੇ ਨਾਲ ਕਾਫੀ ਠੀਕ ਆ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹਦਾ ਟ੍ਰੀਟਮੈਂਟ ਚੱਲਦਾ ਵਾ, ਇਲਾਜ TB ਕਾਫੀ ਭਿਆਨਕ TB ਹੈ, ਜਿਵੇਂ ਕਿ ਚੈਸਟ ਦੀ TB ਬਹੁਤ ਜ਼ਿਆਦਾ ਜਿਹੜੀ ਕਿ ਫੈਲੀ ਹੋਈ ਹੈ ਚੈਸਟ ਦੇ ਵਿੱਚ। ਉਹਦੇ ਕਾਰਨ ਇਹ ਕੁੜੀ ਦਾ ਹੱਡੀਆਂ ਤੁਸੀਂ ਦੇਖ ਸਕਦੇ ਹੋ, ਪੰਜਾਬ ਦੇ ਧੀ ਦਾ ਹਾਲ ਵੀ ਕਿੱਦਾਂ ਹੱਡੀਆਂ ਦਾ ਢਾਂਚਾ ਬਣ ਕੇ ਰਹਿ ਗਈ ਹੈ। ਸੱਚੇ ਪਾਤਸ਼ਾਹ ਮਿਹਰ ਕਾਰਨ ਬੁਲਾਇਆ ਉਹਨਾਂ ਕੁੜੀ ਨੂੰ, ਅਤੇ ਅੱਜ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਹੈ। ਅਤੇ ਪਰਿਵਾਰਕ ਮੈਂਬਰ ਤੁਸੀਂ ਪਹਿਲਾਂ ਦੇਖਿਆ, ਲੜਕੀ ਦੇ ਮਾਤਾ ਜੀ ਆਏ ਹੋਏ, ਫਾਦਰ ਸਾਹਿਬ ਆ ਲੜਕੀ ਦੇ, ਅਤੇ ਇਹ ਅੱਜ ਛੁੱਟੀ ਮਿਲ ਗਈ ਹੈ ਸਾਨੂੰ ਕੁੜੀ ਨੂੰ। ਇਹਦੀ ਦਵਾਈ ਲੰਬੀ ਚੱਲਣੀ ਹੈ, ਘੱਟੋ ਘੱਟ 1 ਸਾਲ ਲਗਾਤਾਰ ਦਵਾਈ ਖਾਣੀ ਪੈਣੀ ਹੈ ਇਹਨੂੰ। ਡਾਕਟਰਾਂ ਨੇ ਦੱਸਿਆ ਵੀ ਜੇ ਇਹ ਬਚਣਾ ਚਾਹੁੰਦੀ ਹੈ ਤਾਂ ਇਹਨੂੰ ਪਰਹੇਜ਼ ਰੱਖਣੇ ਪੈਣੇ ਆ ਬਹੁਤ ਜ਼ਿਆਦਾ, ਜਿਹੜੀ ਕਿ ਪ੍ਰਿਕੋਸ਼ਨ ਦੀ ਲੋੜ ਆ। ਜਿੱਦਾਂ ਨਸ਼ਾ ਤੁਹਾਨੂੰ ਦੱਸਿਆ ਪਹਿਲਾਂ 6ਵੇਂ ਦਰਿਆ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਕੁੜੀ ਨੇ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹਨੂੰ ਕੱਢਿਆ ਗਿਆ ਵਾ, ਤਾਂ ਅੱਜ ਇਹਦਾ ਇਲਾਜ ਹੋ ਗਿਆ। ਅਸੀਂ ਇਹਨੂੰ ਭੈਣ ਨੂੰ ਬੇਨਤੀ ਵੀ ਕਰਦੇ ਹਾਂ ਵੀ 1 ਸਾਲ ਪੂਰਾ ਪਰਹੇਜ਼ ਰੱਖ ਕੇ ਦਵਾਈ ਖਾਣੀ ਹੈ ਜੇ ਲਾਈਫ ਨੂੰ ਬਚਾਉਣਾ ਵਾ ਤਾਂ, ਅਤੇ ਨਹੀਂ ਤਾਂ ਡਾਕਟਰ ਦੱਸਦੇ ਆ ਵੀ ਲਾਈਫ ਇਹਨਾਂ ਦੀ ਕਾਫੀ ਖਤਰੇ ਦੇ ਵਿੱਚ ਹੈ ਇਸ ਟਾਈਮ। ਹੁਣੇ ਅਸੀਂ ਉੱਪਰੋਂ ਆਏ ਹਾਂ, ਮਾਤਾ ਜੀ ਨੂੰ ਦੱਸਿਆ ਉਹਨਾਂ ਨੇ ਵੀ ਕੁੜੀ ਦਾ ਇਲਾਜ ਦਾ ਜਿਹੜਾ ਹੈਗਾ ਵੀ ਬਹੁਤ ਗੰਭੀਰ ਆ ਇਹਦੀ ਬਿਮਾਰੀ, ਅਤੇ ਇਹਨੂੰ ਬਹੁਤ ਧਿਆਨ ਰੱਖਣਾ ਪੈਣਾ ਵਾ, ਅਤੇ ਇਹਦਾ ਟ੍ਰੀਟਮੈਂਟ। ਸਭ ਤੋਂ ਜ਼ਰੂਰੀ ਗੱਲ ਵੀ ਉਹਨਾਂ ਨੇ ਇਹ ਗੱਲ ਕਿ ਬੱਚੇ ਨੂੰ ਇਹ ਤੋਂ ਅਲੱਗ ਰੱਖਣਾ, ਘੱਟੋ ਘੱਟ 6 ਮਹੀਨੇ ਵੀ ਇਹਨੂੰ ਨੇੜੇ ਨਹੀਂ ਹੋਣ ਦੇਣਾ, ਕਿਉਂਕਿ ਬੱਚੇ ਆ ਜੇ ਗੁਰੂ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ TB ਤੋਂ ਬਚ ਗਿਆ, ਉਹਨੂੰ TB ਹੋਏਗੀ, ਕਿਉਂਕਿ ਡਾਕਟਰ ਪਹਿਲਾਂ ਵੀ ਬੱਚੇ ਨੂੰ ਵੀ TB ਹੋ ਸਕਦੀ ਆ ਪਰ ਬੱਚੇ ਨੂੰ TB ਨਹੀਂ ਹੋ ਨਿਕਲੀ, ਸੱਚੇ ਪਾਤਸ਼ਾਹ ਦੀ ਬੜੀ ਮਿਹਰ ਆ। ਅਤੇ ਅਸੀਂ ਨਾਨਾ ਨਾਨੀ ਨੂੰ ਬੱਚੇ ਜਿਹਨੂੰ ਬੱਚਾ ਸੌਂਪ ਰਹੇ ਹਾਂ ਜੀ, ਲੈ ਕੇ ਚੱਲੇ ਆ ਆਪਣੇ ਘਰ, ਅਤੇ ਲੜਕੀ ਨੂੰ ਵੀ ਅਸੀਂ ਲੜਕੀ ਨੂੰ ਬੇਨਤੀ ਕਰਦੇ ਹਾਂ ਸਾਡੀ ਭੈਣ ਨੂੰ ਵੀ ਜੋ ਸਮਾਂ ਨਿਕਲ ਗਿਆ ਜੋ ਹੋ ਗਿਆ ਉਹਨੂੰ ਭੁੱਲ ਕੇ ਅੱਗੇ ਵਾਲੀ ਜ਼ਿੰਦਗੀ ਬਿਤਾਉਣ ਦੀ ਆਪਦੀ ਕੋਸ਼ਿਸ਼ ਕਰ। ਹੁਣ ਤੂੰ ਬੱਚੇ ਦੀ ਖਾਤਰ ਜਾਣਾ ਪੈਣੇ, ਕਿਉਂਕਿ ਉਹ ਵਿਚਾਰੇ ਨੂੰ ਮਸੂਮ ਦੀ ਨਾ ਤਾਂ ਉਹਨੂੰ ਪਤਾ ਵੀ ਨਹੀਂ ਹੈਗਾ ਉਹਦਾ ਨਾਮ ਕੀ ਆ, ਅਤੇ ਉਹਦੀ ਮਾਂ ਕੌਣ ਆ, ਕੀ ਕੰਮ ਕਰਦੀ ਆ, ਕੀ ਨਾਨਾ ਜੀ ਉਹਦੇ ਕੰਮ ਕਰਦੇ ਆ, ਕੀ ਉਹਦੇ ਨਾਨੇ ਜੀ, ਹੁਣ ਦਾਦਾ ਜੀ ਦਾ ਮੈਨੂੰ ਪਤਾ, ਦੇਖੋ ਗੁਰਸਿੱਖ ਪਰਿਵਾਰ ਨੇ ਕਿਸੇ ਵੀ ਪਰਿਵਾਰ ਦੇ ਵਿੱਚ ਹੁਣ ਦਾਦਾ ਜੀ ਉਹਦਾ ਚਲੋ ਨਹੀਂ ਆਏ, ਉਹਨਾਂ ਦੀ ਆਪਦੀਆਂ ਵਜ੍ਹਾ ਜੀ ਕੀ ਕਹਿ ਸਕਦੇ ਹਾਂ ਅਸੀਂ ਕਿਸੇ ਨੂੰ, ਪਰ ਮੇਰੀ ਭੈਣ ਅਸੀਂ ਤੈਨੂੰ ਬੇਨਤੀ ਕਰਦੇ ਹਾਂ ਆਪਦੇ ਤੌਰ 'ਤੇ ਵੀ ਸਾਡੀ ਛੋਟੀਆਂ ਭੈਣਾਂ ਵਰਗੀਆਂ ਵੀ ਬੱਚੇ ਦੀ ਖਾਤਰ ਹੁਣ ਥੋੜ੍ਹਾ ਸਿਆਣਾ ਹੋ ਕੇ ਸਿਆਣੀ ਹੋ ਕੇ ਆਪਦੀ ਦਵਾਈ ਖਾ, ਸਾਲ 1 ਤੈਨੂੰ ਧਿਆਨ ਰੱਖਣਾ ਪੈਣਾ, ਬੱਚੇ ਦੇ ਨੇੜੇ ਨਹੀਂ ਜਾਣਾ, ਕੋਈ ਨਸ਼ਾ ਨਹੀਂ ਕਰਨਾ। ਜਿਵੇਂ ਹੁਣ ਮੈਨੂੰ ਮਾਤਾ ਜੀ ਤੇਰੇ ਦੱਸਦੇ ਸੀਗੇ ਵੀ ਹਜੇ ਵੀ ਤੂੰ ਇੱਦਾਂ ਦੀਆਂ ਗੱਲਾਂ ਡਿਮਾਂਡ ਕਰੀ ਜਾਂਦੀਆਂ ਤਾਂ ਬੰਦ ਕਰ ਦੇ ਭੈਣ ਨੂੰ, ਜੇ ਉਹਨੂੰ ਬਚਾਉਣਾ ਵਿਚਾਰ ਉਹਦਾ ਮਨ ਜੋਤ ਦਾ ਕੋਈ ਉਹਦਾ ਕਸੂਰ ਨਹੀਂ ਹੈਗਾ, ਉਹਦੀ ਕੋਈ ਗਲਤੀ ਨਹੀਂ ਇਹਦੇ ਵਿੱਚ। ਅਤੇ ਸੰਗਤਾਂ ਨੂੰ ਅਸੀਂ ਅੱਜ ਜਾਣਕਾਰੀ ਦੇਣੀ ਸੀ ਵੀ ਭੈਣ ਨੂੰ ਛੁੱਟੀ ਮਿਲ ਗਈ ਹੈ, ਪਰਿਵਾਰ ਲੈ ਚੱਲਿਆ ਇਹ ਫਾਦਰ ਸਾਹਿਬ ਨੇ ਇਹਨਾਂ ਦੇ, ਅਤੇ ਇਹ ਵੀ ਆਪਦੇ ਕੋਲ ਦੋ ਕੇ ਲੱਭ ਜਾਓ। ਤੁਸੀਂ ਕਹਿਣਾ ਚਾਹੁੰਦੇ ਜੀ ਕੁਛ ਲੜਕੀ ਨੂੰ ਆਪਣੇ ਨੂੰ ਸਮਝਾਉਣਾ? ਮੈਂ ਤਾਂ ਲੜਕੀ ਨੂੰ ਇਹੀ ਕਹਿੰਦਾ ਜੀ, ਛੱਡੋ ਕਰੇ ਨਸ਼ਿਆਂ 'ਚ ਕੁਛ ਨਹੀਂ ਪਿਆ। ਬਾਕੀ ਮੈਂ ਤੁਹਾਡੀ ਸੰਸਥਾ ਦਾ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਇੰਨਾ ਫਾਦਾ ਕਰਕੇ ਮੇਰੀ। ਇਹ ਤਾਂ ਸੱਚੇ ਪਾਤਸ਼ਾਹ ਜੀ ਕਰਿਆ ਗਿਆ ਸੀ, ਕੌਣ ਹੁੰਦੇ ਆ ਉਪਰਾਲਾ, ਗੁਰੂ ਮਹਾਰਾਜ ਜੀ ਕਰਵਾ ਰਹੇ ਜੀ, ਉਹਨਾਂ ਨੇ ਸਾਡੇ ਅੱਗੇ ਕਾਫੀ ਡਿਊਟੀ ਲਾਈ ਆ। ਬੜੀ ਮਾੜੀ ਹਾਲਤ 'ਚ ਸਾਡੇ ਭੈਣ ਉੱਥੇ ਪਈ ਸੀ, ਬੱਚਾ ਪਿਆ ਸੀ, ਜਿਹੜਾ ਕਿ ਸਾਨੂੰ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਸੀ, ਉਹ ਲਿਆ ਕੇ ਐਡਮਿਟ ਕਰਵਾਇਆ। ਚਲੋ ਤੁਸੀਂ ਮਿਲ ਕੇ ਤੁਹਾਡਾ ਬਹੁਤ ਧੰਨਵਾਦ ਆ। ਨਹੀਂ ਸਾਡੇ ਕੋਲ ਇੱਦਾਂ ਦੇ ਕਾਫੀ ਬੰਦੇ ਰਹਿੰਦੇ ਵਿਚਾਰੇ ਜਿਹਨਾਂ ਦੇ ਪਰਿਵਾਰ ਲੱਭ ਗਏ, ਪਤਾ ਵਾ ਪਰ ਲੈਣ ਨਹੀਂ ਆਉਂਦਾ ਵੀ ਤੁਸੀਂ। ਚਲੋ ਉਸ ਦਿਨ ਦੀ ਮਗਰ ਤੁਰੇ ਫਿਰਦੇ ਹੋ, ਪੂਰੀ ਸਾਡੇ ਨਾਲ ਸਹਿਯੋਗ ਵੀ ਦਿੱਤਾ, ਅਤੇ ਅਸੀਂ ਅੱਗੇ ਵੀ ਇਹੀ ਕਹਿੰਦੇ ਵੀ ਤੁਸੀਂ ਸਹਿਯੋਗ ਦੇ ਵਿੱਚ ਜ਼ਿੰਦਗੀ ਬਚਾ ਲਈਏ, ਬੱਚੇ ਦੀ ਜ਼ਿੰਦਗੀ ਸਭ ਤੋਂ ਜ਼ਰੂਰੀ ਆ ਉਹ ਬਚਾ ਲਈਏ। ਅਤੇ ਇਹੀ ਬੇਨਤੀਆਂ ਕਰਨੀਆਂ ਸੀ, ਸਾਡਾ ਨੰਬਰ ਜਿਵੇਂ 97-800-3000 ਆ ਜੀ, ਅਤੇ ਉਹਦੇ ਤੋਂ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਵੀ ਲੈ ਸਕਦੇ ਹੋ ਜੀ। ਅਤੇ ਸੱਚੇ ਪਾਤਸ਼ਾਹ ਮਿਹਰ ਕਰਨ ਇਹਨਾਂ ਦੇ ਵਾਸਤੇ, ਅਰਦਾਸ ਕਰੋ ਮਾਂ ਪੁੱਤਾਂ ਨੇ ਵੀ ਇਹ ਠੀਕ ਹੋ ਜਾਣਾ, ਆਪਣੀ ਜ਼ਿੰਦਗੀ ਬਸਰ ਕਰ ਸਕਣ ਜੀ। ਬਜ਼ੁਰਗ ਬਾਈ ਜੀ ਉਹਨਾਂ ਨੇ ਜਦੋਂ ਅੱਖਾਂ ਭਰਿਆ ਹੁੰਦੀਆਂ ਜਿਹੜੇ ਸਾਡਾ ਵੀ ਮਨ ਬੜਾ ਦੁਖੀ ਹੁੰਦਾ ਵੀ ਸੱਚੇ ਪਾਤਸ਼ਾਹ ਕਿਸੇ ਦੇ ਨਾਲ ਇੱਦਾਂ ਨਾ ਕਰੇ। ਉਹਨਾਂ ਪੰਜਾਬ ਨੇ ਸੰਤਾਪ ਚੱਲਿਆ ਜੀ, ਪਿਛਲੇ 10 ਸਾਲਾਂ ਦੇ ਵਿੱਚ ਬੜਾ ਨਸ਼ੇ ਦਾ ਹੜ੍ਹ ਚੱਲਿਆ। ਹੁਣ ਵੀ ਅਸੀਂ ਆਉਣ ਵਾਲੀ ਸਰਕਾਰ 'ਤੇ ਉਮੀਦ ਕਰਦੇ ਹਾਂ ਵੀ ਉਹ ਇਹਦੇ 'ਤੇ ਠੱਲ ਪਾਉਣ, ਅਤੇ ਸਾਨੂੰ ਉਮੀਦ ਵੀ ਆ ਵੀ ਇਸੇ ਸ਼ਬਦ 'ਤੇ ਸਰਕਾਰ ਐਕਟ ਇਹ ਬਣੀ ਆ ਅਤੇ ਉਹ
ਨਸ਼ਿਆਂ 'ਤੇ ਜ਼ਰੂਰ ਲਾਉਣਗੇ, ਜਿਹੜੇ ਕਿ ਆ ਭਿਆਨਕ ਨਸ਼ੇ ਆ, ਜਿਹਦੇ ਵਿੱਚ ਜਿਵੇਂ ਕਿ ਹੈਰੋਨ, ਸਮੈਕ, ਚਿੱਟਾ ਜਿਹਨੂੰ ਕਹਿੰਦੇ ਆ, ਘਰਾਂ ਦੇ ਘਰ ਹੀ ਵੱਟਦੇ, ਅਤੇ ਜ਼ਰੂਰ ਉਹਦੇ 'ਤੇ ਲਾਇਆ ਜਾਵੇ ਜੀ, ਹੁਣ ਰੋਕ ਲਾਈ ਜਾਵੇ ਅਤੇ ਇੱਦਾਂ ਬੱਚਿਆਂ ਦੀ ਜ਼ਿੰਦਗੀ ਬਚਾਈ ਜਾਵੇ। ਇਹ ਸੰਤਾਪ ਤਾਂ ਹੁਣ ਆਉਣ ਵਾਲੇ 25 ਸਾਲ 50 ਸਾਲ ਝੱਲਣਾ ਪੈਣਾ, ਆਪਾਂ ਨੂੰ ਬੜਾ ਅਸਰ ਹੋ ਗਿਆ ਸਰੀਰ 'ਚ, ਲੋਕਾਂ ਦੇ ਪਰਿਵਾਰਾਂ 'ਤੇ, ਬੱਚੇ ਇਕੱਲੇ ਇਕੱਲੇ ਜਿਹੜੇ ਮਾਂ ਪਿਓ ਨੇ, ਖਲੋਤੇ ਬੱਚੇ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏ। ਸਭ ਤੋਂ ਵੱਧ ਜਿਹੜੇ ਤਕੜੇ ਘਰਾਂ ਦੇ ਬੱਚੇ ਸੀ, ਜਿਹੜੇ ਵਧੀਆ ਸੁਸਾਇਟੀ ਦੇ ਵਿੱਚ ਰਹਿਣ ਵਾਲੇ ਬੱਚੇ ਸੀ, ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਅਸੀਂ ਇਹੀ ਬੇਨਤੀ ਕਰਨੀ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।